ਜੈਤਸਰੀ ਮਹੱਲਾ ਚੌਥਾ ਜਿਨ ਹਰ ਹਿਰਦਾ ਨਾਮ ਨ ਬਸਿਓ ਤਿੰਨ ਮਾਤ ਕੀ ਜੈ ਹਰ ਬਾਂਝਾ ਤਿੰਨ ਸੁੰਜੀ ਦੇ ਫਿਰੈ ਬਿਨ ਨਾਵੈ ਓਏ ਖਬਖਾ ਮੋਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਤਾ ਹਰੀ ਗੁਰ ਗਿਆਨ ਦਿਓ ਮਨ ਸਮਝਾ ਚੌਥੇ ਪਾਸ਼ਾ ਸਾਹਿਬ ਸ੍ਰੀ ਗੁਰੂ RAMDAS MAHARAJ ਜੈ ਸ੍ਰੀ ਰਾਗ ਅੰਦਰ ਸਾਨੂੰ ਕੀ ਉਹ ਉਪਦੇਸ਼ ਕਰ ਰਹੇ ਹਨ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਬਾਝਾ ਗਿਨਾਂ ਦੇ ਹਿਰਦੇ ਦੇ ਅੰਦਰ ਨਾਮ ਵਸਿਆ ਨਹੀਂ ਐਸੀ ਮਾਤਾ ਨੂੰ ਬਾਝੀ ਰਹਿ ਜਾਣਾ ਚਾਹੀਦਾ ਸੀ ਕਿਉਂਕਿ ਜਿਸ ਸਰੀਰ ਦੇ ਅੰਦਰ ਨਾਮ ਵਸਿਆ ਨਹੀਂ ਉਹ ਸਰੀਰ ਦੀ ਕੋਈ ਕੀਮਤ ਨਹੀਂ ਐਸੇ ਇਨਸਾਨ ਨੂੰ ਜਨਮ ਹੀ ਨਹੀਂ ਸੀ ਲੈਣਾ ਚਾਹੀਦਾ ਜਿਸ ਤਰ੍ਹਾਂ ਜ਼ਮੀਨ ਵਾਲੇ ਕੋਲ ਬੀਜ ਨਾ ਹੋਵੇ ਬੈਲੀ ਵਹੀ ਜਾਏ ਪਾਣੀ ਲਈ ਜਾਏ ਗੋਡੀ ਕਰੀ ਜਾਏ ਐਸੀ ਖੇਤੀ ਬੰਜਰ ਬਣ ਜਾਂਦੀ ਹੈ ਖੇਤੀ ਹੁੰਦੀ ਨਹੀਂ ਇਸੇ ਤਰ੍ਹਾਂ ਹੀ ਸਰੀਰ ਉਪੀ ਖੇਤੀ ਨਾਮ ਦੇ ਬੀਜ ਤੋਂ ਬਗੈਰ ਅਮੇ ਹੀ ਜਾਂਦੀ ਹੈ ਆਈ ਭਰੀ ਗਈ ਖਲੀ ਨਾਮ ਬੀਜ ਸੰਤੋਖ ਸੁਹਗ ਰਖ ਗਰੀਬੀ ਵੇਸ ਪਾਉ ਕਰਮ ਕਰ ਜਮ ਸੀ ਸੇ ਕਰ ਪਾਕਟ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਇਆ ਵਿਰਲਾ 부ਜਾ ਕੋਇ ਗੁਰੂ ਨਾਨਕ ਪਾਸ਼ਾ ਜੀ ਨੇ ਫਰਮਾਨ ਕੀਤਾ ਨਾਮ ਬੀਜ ਸੰਤੋਖ ਸੁਹਾਗ ਓ ਮੇਰਿਆ ਮਨਾ ਨਾਮ ਦਾ ਬੀਜ ਬੀਜ ਸੰਤੋਖ ਦਾ ਸੁਹਾਗ ਮਾਰ ਭਾਵ ਸ਼ਾਂਤੀ ਰੱਖੀ ਰੱਖ ਗਰੀਬੀ ਵੇਸ ਗਰੀਬੀ ਵੇਸ ਰੱਖੀ ਅਮੀਰੀ ਵੱਲ ਪੱਜੀ ਨਾ ਭਾਉ ਕਰਮ ਕਰ ਜਮਸੀ ਸੇ ਕਰ ਭਾਖੜ ਦੇਖ ਜਮਾਂ ਦਾ ਡਰ ਰੱਖੀ ਜਮ ਉਹ ਮੇਰੇ ਮਨ ਤੇਰੇ ਉੱਤੇ ਮੜ ਰਹੇ ਨੇ ਪਉ ਕਰਮ ਕਰ ਜਮ ਸੀ ਕਰਮ ਕਰੀਂ ਡਰ ਰੱਖ ਕੇ ਉਹ ਪ੍ਰਮਾਤਮਾ ਹਰ ਪਾਸੇ ਦੇਖ ਰਿਹਾ ਹੈ ਤੈਨੂੰ ਦੇਖ ਰਿਹਾ ਹੈ ਤੂੰ ਕੀ ਕਰ ਰਿਹਾ ਹੈ ਇੱਕ ਪਲ ਪਲ ਇੱਕ ਸਕਿੰਟ ਦਾ ਵੀ حساب ਉਹ ਤੇਰੇ ਕੋਲ ਲਏਗਾ ਔਰ ਤੇਰੇ ਉਹ ਮੇਰੇਆ ਮਨਾ ਤੇਰੇ ਲੇਖ ਲਿਖੇ ਜਾ ਰਹੇ ਨੇ ਤੇਰੀ ਕਹਾਣੀ ਬਣ ਰਹੀ ਹੈ ਇਨਸਾਨ ਸੁਤਾ ਹੈ ਜਿਸ ਤਰ੍ਹਾਂ ਇਹ ਕੰਨਾ ਆਦਮੀ ਮਾੜੇ ਕੰਮ ਵੀ ਕਰੀ ਜਾਏ ਮੈਨੂੰ ਕਿਹੜਾ ਲੱਭਦਾ ਹੈ ਮੈਨੂੰ ਤਾਂ ਦਿਖਾਈ ਦਿੰਦਾ ਹੀ ਨਹੀਂ ਲੇਕਿਨ ਇਹ ਸਰੀਰ ਪਰਮਾਤਮਾ ਨੇ ਮਾਂ ਦੀ ਗਰਭ ਵਿੱਚ ਤਿਆਰ ਕੀਤਾ ਤਿਆਰ ਕਰਕੇ ਆਪ ਹੀ ਅੰਦਰ ਬਿਰਾਜਮਣ ਹੈ ਆਪੀ ਚਲਾ ਰਿਹਾ ਹੈ ਪਰਮਾਤਮਾ ਦੇ ਕਾਰਨ ਅਸੀਂ ਦੇਖਦੇ ਹਾਂ ਬੋਲਦੇ ਹਾਂ ਸੁਣਦੇ ਹਾਂ ਚੁਗਲੀ ਨਿੰਦਿਆ ਕਰਦੇ ਹਾਂ ਚੰਗੇ ਮਾੜੇ ਕਰਮ ਕਰਦੇ ਹਾਂ ਸਾ ਕੀ ਸਾਸੀ ਲਾ ਰਹੇ ਹਾਂ ਨਹੀਂ ਸਾਹ ਪ੍ਰਮਾਤਮਾ ਦੇ ਨੇ ਇਹ ਵੀ ਮੁੱਲ ਮਿਲੇ ਨੇ ਇਨਸਾਨ ਨੇ ਕਦੀ ਸੋਚਿਆ ਹੀ ਨਹੀਂ ਇਹਨਾਂ ਸਾਹਾਂ ਦੀ ਕੀਮਤ ਅਸੀਂ ਦੇ ਹੀ ਨਹੀਂ ਸਕਦੇ ਇੱਕ ਸਾਹ ਮੁੱਲ ਲੈਣਾ ਹੋਵੇ ਘਰ-ਬਾਰ ਜਾਇਦਾਦ ਵੇਚ ਦਈਏ ਫਿਰ ਵੀ ਇਹ ਮਿਲਦਾ ਨਹੀਂ ਸਾਨੂੰ ਜੀਵਨ ਪਰਮਾਤਮਾ ਨੂੰ ਮਿਲਣ ਲਈ ਪਰਮਾਤਮਾ ਵਿੱਚ ਧਿਆਨ ਧਰਨ ਲਈ ਜਨਮਾਂ ਜਨਮਾਂ ਦੀ ਮਹਿਲ ਕੱਟਣ ਲਈ ਅਸੀਂ ਤਰਨ ਕਰਕੇ ਆਏ ਹਾਂ ਏ ਸਤਿਗੁਰੂ ਮੇਰੇ ਤੇ ਵਿਸ਼ਵਾਸ ਕਰਿਓ ਮੈਂ ਆਪਦਾ ਨਾਮ ਜਪਾਂਗਾ ਆਪਦੀ ਸੇਵਾ ਕਰਾਂਗਾ ਆਪ ਨੂੰ ਧਿਆਵਾਂਗਾ ਧਿਆ ਧਿਆ ਕੇ ਏ ਸਤਿਗੁਰ ਆਪ ਨੂੰ ਪਾਵਾਂਗਾ ਸਤਿਗੁਰੂ ਮੇਰਾ ਸਦਾ ਹੈ ਨਾਲੇ ਨਾ ਆਵੇ ਨਾ ਜਾਏ ਉਹ ਅਬਨਾਸੀ purk hai ਸਭ ਮੈਂ ਰਹਾ ਸਮਾਏ ਸਤਿਗੁਰੂ ਸਦਾ ਹੀ ਨਾਲ ਹੈ ਸਤਿਗੁਰੂ ਅੰਦਰ ਬੈਠਾ ਹੈ ਸਾਨੂੰ ਦੇਖ ਰਿਹਾ ਹੈ ਅਸੀਂ ਕੀ ਕਰ ਰਹੇ ਹਾਂ ਉਹ ਅਬ ਨਾਸੀ ਪੁਰਖ ਹੈ ਸਭ ਮੈਂ ਰਿਆ ਸਮਾਇ ਉਹ ਪ੍ਰਮਾਤਮਾ ਹੈ ਉਹ ਹਰ ਵਿੱਚ ਹਰ ਇੱਕ ਚੀਜ਼ ਵਿੱਚ ਸਮਾਇਆ ਹੋਇਆ ਹੈ ਜਦੋਂ ਹਰ ਇੱਕ ਵਿੱਚ ਸਮਾਇਆ ਹੈ ਕੀ ਅਸੀਂ ਸੋਚਣਾ ਹੈ ਕਿ ਮੈਂ ਬਾਣੀ ਪੜ੍ਹ ਕੇ ਵਿਚਾਰ ਕੀਤੀ ਹੈ ਪਰਮਾਤਮਾ ਨੇ ਕਿਰਪਾ ਕੀਤੀ ਮਨੁੱਖਾ ਸਰੀਰ ਮਿਲਿਆ ਹੋਰ ਕਿਰਪਾ ਹੋਈ ਸਿੱਖ ਦੇ ਘਰ ਜਨਮ ਹੋਇਆ ਹੋਰ ਕਿਰਪਾ ਹੋਈ ਵੱਡੇ ਹੋਏ ਸੰਧੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਪਰਮਾਤਮਾ ਨੇ ਸਾਡਾ ਸਰੀਰ ਸਹੀ ਢੰਗ ਦੇ ਨਾਲ ਬਣਾਇਆ ਅਸੀਂ ਬੋਲਦੇ ਹਾਂ ਹੱਸਦੇ ਹਾਂ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਗੁਰਬਾਣੀ ਪੜ੍ਹਦੇ ਹਾਂ ਹੋਰ ਕਿਰਪਾ ਹੋਈ ਗੁਰਬਾਣੀ ਪੜ੍ਹਦੇ ਹਾਂ ਵਿਚਾਰਾਂ ਚੱਲਦੀਆਂ ਨੇ ਵੱਡੇ ਹੋਏ ਅਕੀਰ ਬੁਢਾਪਾ ਆ ਗਿਆ ਲੇਕਿਨ ਅਸੀਂ ਗੁਰੂ ਸਹਿਬਾਂ ਦੀ ਬਾਣੀ ਨੂੰ ਸਮਝਣਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਹੀ ਗੁਰੂ ਹੈ ਗੁਰੂ ਹੀ ਬਾਣੀ ਹੈ ਬਾਣੀ ਵਿੱਚ ਅੰਮ੍ਰਿਤ ਸਰੋਵਰ ਹੈ ਪਾਉ ਅੰਮ੍ਰਿਤ ਹੈ ਜੇ ਬਾਣੀ ਹੀ ਗੁਰੂ ਹੈ ਤੇ ਗੁਰੂ ਵੀ ਅੰਦਰ ਹੈ ਗੁਰਮਖ ਪਿਆਰਿਓ ਗੁਰਬਾਣੀ ਕਰ ਰਹੀ ਹੈ ਗੁਰਬਾਣੀ ਸਮਝਾ ਰਹੀ ਹੈ ਗੁਰਬਾਣੀ ਜੋ ਕਹਿੰਦੀ ਹੈ ਉਹ ਗੁਰਸਿੱਖਾਂ ਨੇ ਕਰਨਾ ਹੈ ਆਪਣੇ ਆਪ ਨਹੀਂ ਪੜਨੀ ਹੈ ਸਮਝਣੀ ਹੈ ਸਮਝ ਕੇ ਪਿੱਛੇ-ਪਿੱਛੇ ਤੁਰਨਾ ਹੈ ਬਿਛੇ ਬਿਛੇ ਤੁਰ ਕੇ ਉਹ ਸੱਚ ਉਹ ਵਾਹਿਗੁਰੂ ਆਪ ਉਹਦੀ ਪ੍ਰਾਪਤੀ ਹੁੰਦੀ ਹੈ ਜਦੋਂ ਸਾਡੀਆਂ ਅਰਦਾਸਾਂ ਸੱਚੀਆਂ ਨੇ ਤੋਂ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ हे सतगुरु मेरी आप देगे अरदास है ए शरीर रूपी पिंड तेरे ने कहो नानक सब तेरी बडाई कोई नाओ ना जाने मेरा हे सतगुरु हे सच्चिया बादशाह सब तेरी बडाई करते ने ਮੈਨੂੰ ਤਾਂ ਕੋਈ ਜਾਣਦਾ ਹੀ ਨਹੀਂ ਸਭ ਕੁਝ ਤਾਂ ਤੂੰ ਹੈ ਤੂੰ ਹੈ ਤਾਂ ਮੈਂ ਹਾਂ ਤੂੰ ਨਹੀਂ ਤਾਂ ਕੁਝ ਵੀ ਨਹੀਂ ਨਾਮ ਰੰਝਣ ਅਲਖ ਹੈ ਕਿਉਂ ਲਿਖਿਆ ਜਾਈ ਨਾਮ ਨਰੰਝਣ ਨਾਲ ਹੈ ਕਿਵੇਂ ਪਈਏ ਪਾਈ ਪੂਰੇ ਗੁਰਤੇ ਪਈਏ ਹਿਰਦਾ ਦੇ ਦਿਖਾਈ ਇਹਦੀ ਕੀ ਵਿਆਖਿਆ ਹੈ ਨਾਮ ਨਰੰਝਣ ਨਾਲ ਹੈ ਨਾਮ ਨਾਮੀ ਤਾਂ ਸਰੀਰ ਨੂੰ ਚਲਾ ਰਿਹਾ ਹੈ ਉਹ ਨਾਲ ਹੈ ਉਹ ਲਿਖਣ ਚ ਨਹੀਂ ਕਿ ਉਹ ਲਿਖਿਆ ਜਾਈ ਲਿਖਣ ਜਾਂਦਾ ਹੀ ਨਹੀਂ ਕਿੱਦਾਂ ਪਾਈਏ ਪੂਰੇ ਗੁਰਤੇ ਪਾਈਏ ਹਿਰਦ ਦੇ ਦਿਖਾਈ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਵਿੱਚੋਂ ਦਿਖਾਈ ਦਿੰਦਾ ਹੈ ਹਿਰਦਾ ਦੇ ਦਿਖਾਈ ਪੂਰੇ ਗੁਰ ਕਾ ਸੋਨੁ ਵਿਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਓ ਮੇਰਿਆ ਮਨਾ ਪੂਰੇ ਗੁਰੂ ਦਾ ਉਪਦੇਸ਼ ਸੁਣ ਪਾਰ ਬ੍ਰਹਮ ਨਿਕਟ ਕਰ ਪੇਖ ਪਰਮ ਪ੍ਰਮਾਤਮਾ ਲਾਗੇ ਕਰਕੇ ਵੇਖ ਗੁਰੂ ਸਾਹਿਬਾਂ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਬਾਝਾ ਤੈਨ ਸੁਂਜੀ ਦੇ ਫਰੇ ਬਿਨਾਵੈ ਓਏ ਕਬਕਾ ਮੋਏ ਕਰੰਜਾ ਬਗੈਰ ਨਾਮ ਤੋਂ ਦੇ ਸੁਂਜੀ ਰਹਿ ਜਾਂਦੀ ਹੈ ਬਗੈਰ ਨਾਮ ਤੋਂ ਇਹ ਸਰੀਰ ਦੀ ਕੋਈ ਕੀਮਤ ਨਹੀਂ ਇਹ ਇਨਸਾਨ ਖਪ ਖਪ ਤਬ ਤਬ ਕੇ ਅਖੀਰ ਖਤਮ ਹੋ ਜਾਂਦਾ ਹੈ ਮਰ ਜਾਂਦਾ ਹੈ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦੀਓ ਮਨ ਸਮਝਾ ਮੇਰਿਆ ਮਨਾ RAM ਦਾ ਨਾਮ ਜਪ ਹਰੀ ਦੇ ਨਾਮ ਦਾ ਵਪਾਰ ਕਰ ਹਰੀ ਦਾ ਨਾਮ ਜਪ-ਜਪ ਕੇ ਭੰਡਾਰੇ ਪਰ ਲਾ ਸੁਖਮਣੀ ਸਾਹਿਬ ਜਿਹਦੀ ਬਾਣੀ ਵਿੱਚ ਤਤਸਾਰ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਕੇ ਸੁਖ ਦੀ ਪ੍ਰਾਪਤੀ ਕਰ ਲਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਦੁੱਖ ਕਲੇਸ਼ ਸਾਰੇ ਮਿਟ ਜਾਂਦੇ ਨੇ ਕਲ ਕਲੇਸ਼ ਤਨ ਮਾਹੇ ਮਟਾਵੋ ਤੰਦੇ ਰੋਗ ਸਮਬਤ ਹੋ ਜਾਂਦੇ ਨੇ ਸਿਮਰੋ ਜਾਸ ਬਸੰਬਰ ਏਕ ਨਾਮ ਜਪਤ ਅਗਨਤ ਅਨੇਕਾਂ ਸਿਮਰ ਸਿਮਰ ਕੇ ਅਨੇਕਾਂ ਹੀ ਤਰ ਗਏ ਸੰਤ ਮਹਾਤਮ ॠषि मुनि ਗ੍ਰਮ ज्ञानी ਚੋਰ ਠੱਗ ਬਦਮਾਸ਼ ਉਭੀ ਤਰ ਗਏ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਉਂਗਲੀ ਮਾਰ ਡਾਕੂ ਉਭੀ ਤਰ ਗਏ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦੀ ਉਹ ਮਨ ਸਮਝਾ ਉਹ ਮੇਰੇ ਮਨਾ ਗੁਰੂ ਦੇ ਗਿਆਨ ਨੂੰ ਸਮਝ ਹਰੀ ਆਪੀ ਕਿਰਪਾ ਕਰਦਾ ਹੈ ਉਸ ਪ੍ਰਭੂ ਨੂੰ ਧਾਰਨ ਕਰ ਲੈ ਉਸ ਵਾਹਿਗੁਰੂ ਨੂੰ ਪ੍ਰਾਪਤ ਕਰ ਲੈ ਰਉ ਹਰ ਕੀਰਤ ਕਲਯੁਗ ਪਦ ਉਤਮ ਹਰ ਪਾਈਐ ਸਤਗੁਰ ਮਾਝਾ ਹਰ ਕੀਰਤ ਕਲਯੁਗ ਪਦ ਉਤਮ ਹਰ ਪਾਈਐ ਸਤਗੁਰ ਮਾਝਾ ਹਰੀਦੀ ਵਡਿਆਈ ਕਲਯੁਗ ਵਿੱਚ ਸਭ ਤੋਂ ਉਤਮ ਪਦ ਹੈ ਹਰ ਪਈਏ ਸਤਗੁਰ ਮੱਝ ਹਰੀ ਸਤਗੁਰੂ ਦੀ ਕਿਰਪਾ ਨਾਲ ਪਾਇਆ ਜਾਂਦਾ ਹੈ ਸਤਗੁਰੂ ਦੀ ਕਿਰਪਾ ਨਾਲ ਨਾਮ ਜਪਿਆ ਜਾਂਦਾ ਹੈ ਹਉ ਬਲਹਾਰੀ ਸਤਗੁਰੇ ਆਪਣੇ ਜਿੰਨੇ ਗੁਪਤ ਨਾਮ ਪਰਗਾਜਾ ਐਸੇ ਸਤਿਗੁਰੂ ਤੋਂ ਵਾਰੇ ਜਾਈਏ ਬਲਹਾਰੇ ਜਾਈਏ ਜਿੰਨੇ ਗੁਪਤ ਨਾਮ ਨੂੰ ਪ੍ਰਗਟ ਕਰ ਦਿੱਤਾ ਉਹ ਸਤਿਗੁਰੂ ਨਾਮ ਨੂੰ ਗੁਪਤ ਨਾਮ ਨੂੰ ਪ੍ਰਗਟ ਕਰਦਾ ਹੈ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘਟ ਘਟ ਹਰ ਪਰਪੂਰਿਆ ਨਾ ਅਮਰਤਨ ਤੇ ਨਹਿਰ ਦੇ ਪ੍ਰਗਟਿਆ ਜੋ ਗੁਰ ਸ਼ਰਨਾਈ ਭਜ ਪਿਆ ਗੁਰੂ ਸਾਹਿਬਾਂ ਦੀ ਪਾਣੀ ਬਾਣੀ ਗੁਰਮਖ ਪਿਆਰਿਓ ਸੱਚ ਨਾਲ ਜੋੜਦੀ ਹੈ ਜੋ ਗੁਰਬਾਣੀ ਕਹਿੰਦੀ ਹੈ ਗੁਰਸਿੱਖ ਨੇ ਉਹੀ ਕਰਨਾ ਹੈ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘਟ ਘਟ ਹਰ ਭਰਪੂਰ ਆ ਕਲਯੁਗ ਵਿੱਚ ਸਰੀਰੂਪੀ ਮੰਦਰ ਦੇ ਅੰਦਰ ਗੁਪਤ ਨਾਮ ਹੈ ਉਹ ਕਟਕੜ ਵਿੱਚ ਵਸਿਆ ਹੋਇਆ ਹੈ ਪੂਰਾ ਹੈ ਨਾਮ ਰਤਨ ਤਨ ਹਿਰਦੇ ਪ੍ਰਗਟਿਆ ਜੋ ਗੁਰਸਿਰ ਨਾਈ ਭਜ ਪਿਆ ਨਾਮ ਦਾ ਰਤਨ ਉਹਨਾਂ ਦੇ ਹਿਰਦੇ ਵਿੱਚ ਪ੍ਰਗਟਿਆ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੋਇਆ ਜੋ ਗੁਰੂ ਦੀ ਸ਼ਰਨ ਵੱਲ ਨੂੰ ਭਜ ਪਿਆ ਗੁਰੂ ਸੇਬਾਂ ਦੀ ਬਾਣੀ ਪੁਕਾਰ-ਪੁਕਾਰ ਕੇ ਪਰਮਾਨ ਕਰ ਰਹੀ ਹੈ ਹਉ ਬਲਹਾਰੀ ਸਤਗੁਰੇ ਆਪਣੇ ਜਿਨ ਗੁਪਤ ਨਾਮ ਪਰਗਾ ਜਾ ਦਰਸ਼ਨ ਸਾਧ ਮਿਲੇ ਵਡ ਭਾਗੀ ਸਭ ਕਿਲਵਿਕ ਗਏ ਗਵਾਜਾ ਵੱਡਿਆਂ ਭਾਗਾਂ ਵਾਲੇ ਨੇ ਵਡ ਪਾਗਾਂ ਵਾਲੇ ਨੂੰ ਐਸਾ ਸਾਧ ਮਿਲਿਆ ਔਰ ਐਸੇ ਸਾਧ ਦੇ ਦਰਸ਼ਨ ਕੀਤੇ ਤਾਂ ਕੀ ਹੋਇਆ ਜਨਮਾਂ ਜਨਮਾਂ ਦੀ ਮਹਿਲ ਕੱਟੀ ਗਈ ਸਾਰੇ ਕਿਲਵਿਕ ਗਵਾਚ ਗਏ ਦਰਸ਼ਨ ਸਾਧ ਮਿਲਿਓ ਵਡ ਪਾਗੀ ਸਭ ਕਿਲਵਿਕ ਗਏ ਗਵਾਜਾ ਸਤਗੁਰ ਸਾ ਪਾਇਆ ਵੱਡ ਦਾਣਾ ਹਰ ਕੀਏ ਬੌਗਣ ਸਾਜਾ ਸਤਗੁਰ ਸਾ ਪਾਇਆ ਵੱਡ ਦਾਣਾ ਹਰ ਕੀਏ ਬੌਗਣ ਸਾਜਾ ਸਤਗੁਰ ਸਾਹ ਦੇ ਵਿੱਚ ਹੈ ਹਰੀ ਦੇ ਗੁਣ ਹਰੀ ਤਾਂ ਗੁਣਾਂ ਦਾ ਭੰਡਾਰ ਹੈ ਹਰੀ ਤਾਂ ਸਤਿਗੁਰੂ ਹੈ ਸਤਿਗੁਰੂ ਦੇ ਗੁਣ ਸਾਜੇ ਕਰੀਏ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰਤਾਰਿਓ ਮਨ ਮਾਜਾ ਜਿਨ੍ਹਾਂ ਦੇ ਜੀਵਨ ਵਿੱਚ ਹਰੀ ਨੇ ਕਿਰਪਾ ਕੀਤੀ ਉਹ ਮੇਰੇ ਮਨਾ ਹਰੀ ਨੂੰ ਤਾਰਨ ਕਰ ਲੈ ਹਰੀ ਨੂੰ ਮਨ ਵਿੱਚ ਵਸਾਲਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਤਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜੇ ਨਾਨਕ ਲੇਖਾ ਸਮਝਾ ਧਰਮ ਰਾਏ ਦਰ ਕਾਗਦ ਫਾਰੇ ਜੇ ਨਾਨਕ ਲੇਖਾ ਸਮਝਾ ਧਰਮ ਰਾਜਾ ਕੌਣ ਧਰਮ ਰਾਜਾ ਆਪ ਹੀ ਸਤਿਗੁਰੂ ਸਤਿਗੁਰੂ ਨੇ ਕਾਗਜ਼ ਫਾੜ ਦਿੱਤੇ ਸਾਡਾ ਲੇਖਾ ਚੁਕਾ ਸਮਾਪਤ ਕਰ ਦਿੱਤਾ ਸਾਡੇ ਲੇਖਾ ਨੂੰ ਬਾਬੇ ਨਾਨਕ ਨੇ ਸਮਝਿਆ ਤੇ ਬਾਬੇ ਨਾਨਕ ਨੇ ਕਿਰਪਾ ਕੀਤੀ ਤਾਂ ਸਾਡਾ ਲੇਖਾ ਚੁਕਾ ਸਾਬ ਹੋ ਗਿਆ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਤਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ 파ਰੇ ਜਨ ਨਾਨਕ ਲੇਖਾ ਸਮਝਾ ਧਰਮ ਰਾਏ ਦਰ ਕਾਗਦ 파ਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਵਾਹਿਗੁਰੂ